शिवरात्रि का महापर्व कला लुधियाना पंजाब जां देश के अंदर नहीं, पूरी दुनिया के अंदर जिथे जिथे भारतीय वसदे बड़ी श्रद्धा ते उत्साह दे नाल मनाया जा रहा। सो मैं सिमरजीत सिंह बैन सारे देशवासियों नूं अज दे इस महान पुरब की दोनों हाथ जोड़ के बहुत बहुत मुबारकबाद। बाबा शिवजी महाराज दिन दुगनी रात चौगनी तरक्की ते तंदुरुस्तियां बख्शे। तो किहड़े बंदे दा नाम लई जांदे नाम ना लो दा मेरे कोले की लगदा जे नालों नाल ही इक पासे तुसीं नाल दे टंडे कटवाल साहब ने अज ਇਹ ਧਾਰਮਿਕ ਸਮਾਗਮ ਆ। ਧਾਰਮਿਕ ਸਮਾਗਮ ਇੱਕ ਛੱਡ ਕੇ ਵੀ ਹੋ ਸਕਦੇ ਆ, ਹਰ ਬੰਦੇ ਨੂੰ ਧਾਰਮਿਕ ਸਮਾਗਮ ਮਨਾਉਣ ਦਾ ਪੂਰਾ ਅਖਤਿਆਰ ਆ। ਸ਼ਰਧਾ ਤੇ ਸਤਿਕਾਰ ਦੇ ਨਾਲ ਧਾਰਮਿਕ ਪਰਵ ਸਭ ਨੂੰ ਮਨਾਉਣੇ ਚਾਹੀਦੇ। ਕੀ ਲੱਗਦਾ ਤੁਸੀਂ ਇੱਕ ਪਹਿਲਾਂ ਹੀ ਕਿਹਾ ਸੀ ਫੋਨ ਚੱਕਣਾ ਨਹੀਂ, ਉਹੀ ਗੱਲ ਹੋਈ ਜੀ ਅੱਜ? ਮੇਰੇ ਕੋਲੇ ਤਜਰਬਾ, ਮੈਨੂੰ ਪਤਾ ਵੀ ਬਰਸਾਤਾਂ ਤੋਂ ਬਾਅਦ ਡੱਡੂਆਂ ਦੀ ਆਵਾਜ਼ ਨਹੀਂ ਆਉਂਦੀ, ਬਰਸਾਤਾਂ ਤੋਂ ਬਾਅਦ ਡੱਡੂ ਲੋਪ ਹੋ ਜਾਂਦੇ ਆ। ਮੈਂ ਇਸ ਕਰਕੇ ਸੱਚਾਈ ਦੱਸੀ ਸੀ ਵੀ 20 ਤਰੀਕ ਤੋਂ ਬਾਅਦ ਫੋਨ ਸੰਤੋਖੇ ਜਾਣੇ ਆ ਅਤੇ ਸਭ ਨੂੰ ਆਪੋ ਆਪਣੀਆਂ ਖੁੱਡਾਂ 'ਚ ਵੜ ਜਾਣਾ। ਲੋਕ ਇਨਸਾਫ ਪਾਰਟੀ ਦਾ ਦਫ਼ਤਰ ਪੰਜਾਬ ਦੇ ਆਵਾਮ ਵਾਸਤੇ 24 ਘੰਟੇ ਖੁੱਲ੍ਹਾ ਰਹਿਣਾ। ਸ਼ਿਵਰਾਤਰੀ ਦਾ ਮਹਾਂਪਰਵ ਇਕੱਲਾ ਲੁਧਿਆਣਾ ਪੰਜਾਬ ਜਾਂ ਦੇਸ਼ 'ਚ ਅੰਦਰ ਨਹੀਂ, ਪੂਰੀ ਦੁਨੀਆ ਦੇ ਅੰਦਰ ਜਿੱਥੇ ਜਿੱਥੇ ਭਾਰਤੀ ਵਸਦੇ ਆ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ। ਸੋ ਮੈਂ ਸਿਮਰਜੀਤ ਸਿੰਘ ਬੈਨ ਸਾਰੇ ਦੇਸ਼ਵਾਸੀਆਂ ਨੂੰ ਅੱਜ ਦੇ ਇਸ ਮਹਾਨ ਪੁਰਬ ਦੀ ਦੋਨੋਂ ਹੱਥ ਜੋੜ ਕੇ ਬਹੁਤ ਬਹੁਤ ਮੁਬਾਰਕਬਾਦ। ਬਾਬਾ ਸ਼ਿਵਜੀ ਮਹਾਰਾਜ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਅਤੇ ਤੰਦਰੁਸਤੀਆਂ ਬਖਸ਼ੇ। ਤੋ ਕਿਹੜੇ ਬੰਦੇ ਦਾ ਨਾਮ ਲਈ ਜਾਂਦੇ ਨਾਮ ਨਾ ਲਓ ਦਾ ਮੇਰੇ ਕੋਲ ਕੀ ਲੱਗਦਾ ਅੱਜ ਨਾਲੋਂ ਨਾਲ ਹੀ ਇੱਕ ਪਾਸੇ ਤੁਸੀਂ ਨਾਲ ਦੇ ਟੰਡੇ ਕਟਵਾਲ ਸਾਹਿਬ ਨੇ ਅੱਜ ਇਹ ਧਾਰਮਿਕ ਸਮਾਗਮ ਆ। ਧਾਰਮਿਕ ਸਮਾਗਮ ਇੱਕ ਛੱਡ ਕੇ ਵੀ ਹੋ ਸਕਦੇ ਆ, ਹਰ ਬੰਦੇ ਨੂੰ ਧਾਰਮਿਕ ਸਮਾਗਮ ਮਨਾਉਣ ਦਾ ਪੂਰਾ ਅਖਤਿਆਰ ਆ। ਸ਼ਰਧਾ ਅਤੇ ਸਤਿਕਾਰ ਦੇ ਨਾਲ ਧਾਰਮਿਕ ਪਰਵ ਸਭ ਨੂੰ ਮਨਾਉਣੇ ਚਾਹੀਦੇ। ਕੀ ਲੱਗਦਾ ਤੁਸੀਂ ਇੱਕ ਪਹਿਲਾਂ ਹੀ ਕਿਹਾ ਸੀ ਫੋਨ ਚੱਕਣਾ ਨਹੀਂ, ਉਹੀ ਗੱਲ ਹੋਈ ਜੀ ਅੱਜ? ਮੇਰੇ ਕੋਲ ਤਜਰਬਾ, ਮੈਨੂੰ ਪਤਾ ਵੀ ਬਰਸਾਤਾਂ ਤੋਂ ਬਾਅਦ ਡੱਡੂਆਂ ਦੀ ਆਵਾਜ਼ ਨਹੀਂ ਆਉਂਦੀ, ਬਰਸਾਤਾਂ ਤੋਂ ਬਾਅਦ ਡੱਡੂ ਲੋਪ ਹੋ ਜਾਂਦੇ ਆ। ਮੈਂ ਇਸ ਕਰਕੇ ਸੱਚਾਈ ਦੱਸੀ ਸੀ ਵੀ 20 ਤਰੀਕ ਤੋਂ ਬਾਅਦ ਫੋਨ ਸੰਤੋਖੇ ਜਾਣੇ ਆ ਅਤੇ ਸਭ ਨੂੰ ਆਪੋ ਆਪਣੀਆਂ ਖੁੱਡਾਂ 'ਚ ਵੜ ਜਾਣਾ। ਲੋਕ ਇਨਸਾਫ ਪਾਰਟੀ ਦਾ ਦਫ਼ਤਰ ਪੰਜਾਬ ਦੇ ਆਵਾਮ ਵਾਸਤੇ 24 ਘੰਟੇ ਖੁੱਲ੍ਹਾ ਰਹਿਣਾ। ਸ਼ਿਵਰਾਤਰੀ ਦਾ ਮਹਾਂਪਰਵ ਇਕੱਲਾ ਲੁਧਿਆਣਾ ਪੰਜਾਬ ਜਾਂ ਦੇਸ਼ 'ਚ ਅੰਦਰ ਨਹੀਂ, ਪੂਰੀ ਦੁਨੀਆ ਦੇ ਅੰਦਰ ਜਿੱਥੇ ਜਿੱਥੇ ਭਾਰਤੀ ਵਸਦੇ ਆ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ। ਸੋ ਮੈਂ ਸਿਮਰਜੀਤ ਸਿੰਘ ਬੈਨ ਸਾਰੇ ਦੇਸ਼ਵਾਸੀਆਂ ਨੂੰ ਅੱਜ ਦੇ ਇਸ ਮਹਾਨ ਪੁਰਬ ਦੀ ਦੋਨੋਂ ਹੱਥ ਜੋੜ ਕੇ ਬਹੁਤ ਬਹੁਤ ਮੁਬਾਰਕਬਾਦ। ਬਾਬਾ ਸ਼ਿਵਜੀ ਮਹਾਰਾਜ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਅਤੇ ਤੰਦਰੁਸਤੀਆਂ ਬਖਸ਼ੇ। ਤੋ ਕਿਹੜੇ ਬੰਦੇ ਦਾ ਨਾਮ ਲਈ ਜਾਂਦੇ ਨਾਮ ਨਾ ਲਓ ਦਾ ਮੇਰੇ ਕੋਲ ਕੀ ਲੱਗਦਾ ਅੱਜ ਨਾਲੋਂ ਨਾਲ ਹੀ ਇੱਕ ਪਾਸੇ ਤੁਸੀਂ ਨਾਲ ਦੇ ਟੰਡੇ ਕਟਵਾਲ ਸਾਹਿਬ ਨੇ ਅੱਜ ਇਹ ਧਾਰਮਿਕ ਸਮਾਗਮ ਆ। ਧਾਰਮਿਕ ਸਮਾਗਮ ਇੱਕ ਛੱਡ ਕੇ ਵੀ ਹੋ ਸਕਦੇ ਆ, ਹਰ ਬੰਦੇ ਨੂੰ ਧਾਰਮਿਕ ਸਮਾਗਮ ਮਨਾਉਣ ਦਾ ਪੂਰਾ ਅਖਤਿਆਰ ਆ। ਸ਼ਰਧਾ ਅਤੇ ਸਤਿਕਾਰ ਦੇ ਨਾਲ ਧਾਰਮਿਕ ਪਰਵ ਸਭ ਨੂੰ ਮਨਾਉਣੇ ਚਾਹੀਦੇ। ਕੀ ਲੱਗਦਾ ਤੁਸੀਂ ਇੱਕ ਪਹਿਲਾਂ ਹੀ ਕਿਹਾ ਸੀ ਫੋਨ ਚੱਕਣਾ ਨਹੀਂ, ਉਹੀ ਗੱਲ ਹੋਈ ਜੀ ਅੱਜ? ਮੇਰੇ ਕੋਲ ਤਜਰਬਾ, ਮੈਨੂੰ ਪਤਾ ਵੀ ਬਰਸਾਤਾਂ ਤੋਂ ਬਾਅਦ ਡੱਡੂਆਂ ਦੀ ਆਵਾਜ਼ ਨਹੀਂ ਆਉਂਦੀ, ਬਰਸਾਤਾਂ ਤੋਂ ਬਾਅਦ ਡੱਡੂ ਲੋਪ ਹੋ ਜਾਂਦੇ ਆ। ਮੈਂ ਇਸ ਕਰਕੇ ਸੱਚਾਈ ਦੱਸੀ ਸੀ ਵੀ 20 ਤਰੀਕ ਤੋਂ ਬਾਅਦ ਫੋਨ ਸੰਤੋਖੇ ਜਾਣੇ ਆ ਅਤੇ ਸਭ ਨੂੰ ਆਪੋ ਆਪਣੀਆਂ ਖੁੱਡਾਂ 'ਚ ਵੜ ਜਾਣਾ। ਲੋਕ ਇਨਸਾਫ ਪਾਰਟੀ ਦਾ ਦਫ਼ਤਰ ਪੰਜਾਬ ਦੇ ਆਵਾਮ ਵਾਸਤੇ 24 ਘੰਟੇ ਖੁੱਲ੍ਹਾ ਰਹਿਣਾ। यदि आपको हमारी ये वीडियो पसंद आई तो हमारे चैनल को लाइक शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।